डॉक्टर गुरप्रीत कौर ले बहुत वड्डा दिन है। जदों एक तंदुरुस्त बच्चा साडे घर पहली बार आ रहा है और साड़ियाँ मामियाँ चाचियाँ ताइयाँ दादियाँ नानियाँ आईया हुई ने घर आई हुई ने जो एक बच्चे दे आउण दी खुशी मनाई जाती है जिवें मालवे दे पिंडां च क्योंकि असीं छोटे छोटे पिंडां च उठ के आए हुए लोग हाँ सो जो खुशी मनाई जाती है चाचियाँ दादियाँ नानियाँ ताइयाँ वालों मनाई जाऊगी तो परमात्मा का बहुत शुकराना करदा कि वाहिगुरु ने दात बख्शी है एक तंदुरुस्त बच्चा और डॉक्टर गुरप्रीत की सेहत भी बिल्कुल ठीक है नॉर्मल बेबी है तो वो कहते हैं कि बच्चा अपने भा आप लेके आता है सो ये भाग ये आप बनाओगी। मैं तुहाडे करोड़ां लोकां नूं तुहाडे जरिए दसना चाहना बेटा होवे बेटी होवे पहली गल तां ये दुआ करिया करो अरदास करिया करो तंदुरुस्त होवे। दूजा फिर उहनूं पढ़ाओ उहनूं मौका दिओ उड्डण दा ते फिर साडियां धीआं किसे गल्लों भी घट नहीं हैगी ते मैं बहुत खुश हाँ कि मैं धी दा बाप बनिया ते ਮੈਨੂੰ ਮੇਰੇ ਕੋਲ ਅੱਜ ਲਫ਼ਜ਼ ਨਹੀਂ ਹੈਗੇ। ਮੈਂ ਮਾਂ ਸਾਹਿਬ ਕਹਿੰਦੇ ਹਸਪਤਾਲ 'ਚ ਮਿਲਣ ਬਹੁਤ ਦੇਰੀ ਨਾਲ ਗਏ ਤਾਂ ਕਰਕੇ ਕਿਸੇ ਨੂੰ ਪਰੇਸ਼ਾਨੀ ਨਾ ਆਵੇ ਇਹ ਤਾਂ ਇਹ ਦੱਸ ਸਕਦੇ ਨੇ ਤੁਸੀਂ ਕਿਉਂ ਦੇਰੀ ਨਾਲ ਗਏ ਤੁਸੀਂ ਦੱਸੋ ਜੀ ਪਹਿਲਾਂ। ਦੇਖੋ ਜਦੋਂ ਵੀ ਇਹ ਜਾਂਦੇ ਸੀ 9 ਮਹੀਨੇ ਹਰ 10 ਦਿਨ ਬਾਅਦ ਕਦੇ 5 ਦਿਨ ਬਾਅਦ ਕਦੇ 2 ਦਿਨ ਬਾਅਦ ਡਾਕਟਰ ਬੁਲਾਉਂਦੇ ਸੀ ਮੈਂ ਨਹੀਂ ਜਾਂਦਾ ਸੀ ਨਾਲ ਤਾਂ ਕਿ ਕਿਉਂਕਿ ਜੇ ਮੈਂ ਜਾਂਦਾ ਤਾਂ ਫਿਰ ਪ੍ਰੋਟੋਕੋਲ ਮੁਤਾਬਕ ਸਿਕਿਉਰਿਟੀ ਹੈ ਸਿਕਿਉਰਿਟੀ ਮੁਤਾਬਕ ਨਾ ਸਾਰਾ ਹਸਪਤਾਲ ਸਟੱਕ ਹੋ ਜਾਂਦਾ। ਅੱਜ ਕੱਲ੍ਹ ਮੈਨੂੰ ਫੋਰਟੀਸ ਹੋਸਪਿਟਲ ਵਾਲਿਆਂ ਨੇ ਵੀ ਕਹੀ ਹੈ ਕਿ ਜੇ ਸਟੱਕ ਹੋ ਜਾਂਦਾ ਤਾਂ ਇਹਦਾ ਮਤਲਬ ਬਹੁਤ ਸਾਰੇ ਮਰੀਜ਼ ਜਿੰਨਾ ਚਿਰ ਮੈਂ ਰਹੂੰਗਾ ਘੱਟੋ ਘੱਟ ਘੰਟਾ ਪਹਿਲਾਂ ਲਾ ਦਿੰਦੇ ਸਿਕਿਉਰਿਟੀ ਘੰਟਾ ਤਾਂ 2 ਘੰਟੇ ਮਰੀਜ਼ ਆਪਣੇ ਇਲਾਜ ਵਾਸਤੇ ਵੇਟ ਕਰਦੇ ਮੈਂ ਚੰਗਾ ਨਹੀਂ ਸਮਝਦਾ ਸੋ ਮੈਂ ਕਦੇ ਵੀ ਨਹੀਂ ਗਿਆ ਅਤੇ ਕਦੇ ਵੀ ਨਹੀਂ ਗਿਆ ਅਤੇ ਮੈਂ ਰਾਤ ਗਿਆ ਉਹ ਵੀ ਰਾਤ ਨੂੰ 8 ਵਜੇ ਤੋਂ ਬਾਅਦ ਜਦੋਂ ਐਡਮਿਸ਼ਨ ਹੋਈ ਹੈ ਅਤੇ ਹੁਣ ਮੈਂ ਸਵੇਰੇ ਗਿਆ ਜਦੋਂ ਬੱਚੇ ਨੂੰ ਲੈ ਕੇ ਆਉਣਾ ਸੀ ਅਤੇ ਜੀ ਬਿਲਕੁਲ ਅਤੇ ਅਸੀਂ 4 ਕੁ ਦਿਨ ਪਹਿਲਾਂ ਇੱਕ ਮੈਂ ਅਤੇ ਡਾਕਟਰ ਗੁਰਪ੍ਰੀਤ ਨੇ ਇੱਕ ਗਾਣਾ ਸੁਣਿਆ ਸੀ ਉਹਦੇ ਵਿੱਚ ਇੱਕ ਲਫ਼ਜ਼ ਆਇਆ ਸੀ ਉਹ ਲਫ਼ਜ਼ 'ਚੋਂ ਸਾਨੂੰ ਇਹ ਵੀ ਹੋ ਗਿਆ ਕਿ ਜੇ ਬੇਟੀ ਹੁੰਦੀ ਹੈ ਤਾਂ ਉਹਦਾ ਨਾਮ ਆ ਰੱਖ ਸਕਦੇ ਹਾਂ ਸੋ ਇਹਦਾ ਨਾਮ ਅੱਜ ਰੱਖਿਆ ਆਉਂਦੇ ਹੋਏ ਕਿਉਂਕਿ ਦੇਖੋ ਮੈਂ ਨਾਮ ਰੱਖਣਾ ਕੌਲਾਂ ਵੀ ਜਿਹਨੇ 9 ਮਹੀਨੇ ਆਪਣੀ ਕੁੱਖ 'ਚ ਰੱਖਿਆ ਉਹਨੂੰ ਪਾਲਿਆ ਅਤੇ ਦੁੱਖ ਮਤਲਬ ਮੁਸ਼ਕਲਾਂ ਝੱਲ ਕੇ ਬੱਚੇ ਨੂੰ ਜਨਮ ਦਿੱਤਾ ਤਾਂ ਮੈਂ ਕਿਹਾ ਵੀ ਮੈਂ ਡਾਕਟਰ ਗੁਰਪ੍ਰੀਤ ਨਾਲ ਸਲਾਹ ਕਰੂੰਗਾ ਸੋ ਆਉਂਦੇ ਹੋਏ ਅਸੀਂ ਸਲਾਹ ਕਰਕੇ ਬੇਟੀ ਦਾ ਨਾਮ ਰੱਖਿਆ ਨਿਆਮਤ ਕੌਰ ਮਾਨ ਇੱਕ ਗਾਣੇ 'ਚ ਲਾਈਨ ਆਈ ਸੀ ਨਿਆਮਤ ਰੱਬ ਦੀ ਦਾਤ ਖੁਦਾ ਦੀ ਬਖਸ਼ਿਸ਼ ਨਿਆਮਤ ਦਾ ਮਤਲਬ ਹੈ ਮਤਲਬ ਤੁਹਾਨੂੰ ਕੋਈ ਕੋਈ ਦਾਤ ਦੇਵੇ ਕੋਈ ਕੋਈ ਬਖਸ਼ਿਸ਼ ਹੋ ਜਾਵੇ ਤੁਹਾਡੇ 'ਤੇ ਪਰਮਾਤਮਾ ਦੀ ਸੋ ਇਹ ਬਖਸ਼ਿਸ਼ ਹੈ ਸੋ ਨਿਆਮਤ ਅੱਜ ਸੀਐਮ ਹਾਊਸ ਦੇ ਵਿੱਚ ਐਂਟਰ ਕਰ ਰਹੀ ਹੈ ਘਰ ਪੂਰਾ ਸਜਾਇਆ ਹੋਇਆ ਮਾਮੀਆਂ ਚਾਚੀਆਂ ਤਾਈਆਂ ਤਾਈਆਂ ਚਾਚੀਆਂ ਸਾਰੀਆਂ ਅੰਦਰ ਬੈਠੀਆਂ ਨੇ ਅਤੇ ਮੈਂ ਲੋਕਾਂ ਨੂੰ ਵੀ ਪੰਜਾਬ ਦੇ ਲੋਕਾਂ ਨੂੰ ਵੀ ਬੇਨਤੀ ਅੱਜ ਬਹੁਤ ਸਾਰੀਆਂ ਧੀਆਂ ਜੰਮੀਆਂ ਹੋਣਗੀਆਂ ਅੱਜ ਬਹੁਤ ਸਾਰੇ ਪੁੱਤ ਜੰਮੇ ਹੋਣਗੇ ਬਸ ਇਹੀ ਦੁਆ ਕਰਿਓ ਇੱਕ ਤਾਂ ਪੜ੍ਹਾ ਲਿਖਾ ਲਈਏ ਇੱਕ ਸੰਸਕਾਰ ਦੇਈਏ ਉਹਨਾਂ ਨੂੰ ਕਿ ਉਹ ਆਪਣੇ ਵਿਰਸੇ ਨੂੰ ਆਪਣੇ ਬੋਲੀ ਨੂੰ ਆਪਣੇ ਕਲਚਰ ਨੂੰ ਯਾਦ ਰੱਖੋ। ਮਾਨ ਸਾਹਿਬ ਪਰਿਵਾਰ ਹੈ ਅਰਵਿੰਦ ਜੀ ਜਬ ਮੇਰੀ ਸ਼ਾਦੀ ਹੋਈ ਥੀ ਇਸੀ ਘਰ ਮੇਂ
तो जब चार लामा होंदियां ने यार माइक नीते का माइक किन्ने के ऊपर खड़े था लड़की और लड़के के पिता और माता को खड़े होना अनाउंस किया जाता तो मेरे पिताजी नहीं है वो 2011 में वो सर्गवास हो गए थे तो मम्मी है तो गुरप्रीत के मम्मी पापा हैं तो मेरे पापा के तौर पे मेरे बाप के तौर अरविंद केजरीवाल जी खड़े हुए थे। हमारे यहाँ कल्चर है अगर पिता नहीं है तो बड़ा भाई पिता बन जाता है फिर ऑटोमेटिकली क्योंकि वो बड़ा होता है उसने डिसीजन लेना होता है। कल उन्होंने भी बधाई दी है तो मैं उसको क्या कहूँ कि वो ताऊ बन गए या दादा बन गए मुझे इसका मान साहब अक्सर टीवी में देखा जाता है बहुत सारे लोग मुंडा ते कुड़ी दे विच फर्क करते ने कि लगता है कि मिसाल आज कायम होगी कि तुसी की संदेश उन्होंने लोगों ने मैं ये बोलने वास्ते बहुत छोटा बंदा ये तो लोग बहुत बड़े बहुत गुणी ज्ञानी बंदे पे ने सो धिया जड़िया ने हर फील्ड दे विच ऐसे घर दे विच तुसी आने हो जो दसवीं चो टॉप कर दियाँ चार कुड़ियाँ बारहवीं चो टॉप कर दियाँ पांच कुड़ियाँ बीए चो टॉप कर दियाँ सो धियाँ मेरे ख्याल च हुण दे जमाने च तां कोई फर्क नहीं।